ਨਮਸਕਾਰ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਦੈਨਿਕ ਸਵੇਰਾ ਦੇ ਖਾਸ ਪ੍ਰੋਗਰਾਮ ਟਿਕਟ ਦੇ ਦਾਅਵੇਦਾਰ 'ਚ ਤੁਹਾਡਾ ਇੱਕ ਵਾਰੀ ਫਿਰ ਸਵਾਗਤ ਹੈ। ਇਸ ਵਾਰ ਵੀ ਅਸੀਂ ਗੱਲ ਫਿਰੋਜ਼ਪੁਰ ਸੀਟ ਦੀ ਕਰਾਂਗੇ, ਲੇਕਿਨ ਇਸ ਵਾਰ ਪਾਰਟੀ ਅਸੀਂ ਅਕਾਲੀ ਦਲ ਦੀ ਗੱਲ ਕਰਾਂਗੇ। ਪਹਿਲਾਂ ਅਸੀਂ ਦੋ ਪਾਰਟੀਆਂ ਦੇ ਤੁਹਾਨੂੰ ਦੱਸੇ ਕੈਂਡੀਡੇਟ ਕਿਹੜੇ ਕਿਹੜੇ ਦਾਅਵੇਦਾਰ ਨੇ, ਤਾਂ ਹੁਣ ਤੀਜੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਇਸ ਸੀਟ ਤੋਂ ਕਿਸ ਨੂੰ ਮੈਦਾਨ 'ਚ ਉਤਾਰ ਸਕਦੀ ਹੈ, ਉਸ ਉਹਨਾਂ ਦੇ ਕੈਂਡੀਡੇਟ ਜਿਹੜੇ ਦਾਅਵੇਦਾਰ ਨੇ, ਫਿਲਹਾਲ ਦਾਅਵੇਦਾਰੀ ਅਸੀਂ ਕਹਾਂਗੇ ਕਿ ਦਾਅਵੇਦਾਰ ਜਿਹੜੇ ਨੇ ਜਾਂ ਪਾਰਟੀ ਕੋਲ ਜਿਹੜੀ ਆਪਸ਼ਨਸ ਨੇ ਉਹਨਾਂ ਦੀ ਗੱਲ ਕਰਾਂਗੇ। ਅਤੇ ਮੇਰੇ ਨਾਲ ਮੇਰੇ ਸਹਿਯੋਗੀ ਭੁੱਲਰਜੀਤ ਸਿੰਘ ਨੇ, ਉਹ ਵੀ ਇਹ ਜਿਹੜੇ ਕੈਂਡੀਡੇਟਸ ਹੈਗੇ ਆ ਇਹਨਾਂ ਬਾਰੇ ਜੋ ਉਹਨਾਂ ਕੋਲ ਜਾਣਕਾਰੀ ਹੈ ਉਹ ਦੱਸਣਗੇ। ਅਤੇ ਤੁਸੀਂ ਦੱਸੋ, ਪਹਿਲੇ ਆਪਾਂ ਉਮੀਦਵਾਰ ਰੱਖੇ ਹੈ ਸੁਖਬੀਰ ਸਿੰਘ ਬਾਦਲ, ਦੂਜੇ ਰੱਖੇ ਹੈ ਆਪਾਂ ਬਲਦੇਵ ਸਿੰਘ ਨੋਨੀਮਾਨ, ਠੀਕ ਹੈ ਜੀ। ਫਿਰ ਹੈਗੇ ਹੈ ਆਪਣੇ ਰੋਜ਼ੀ ਬਰਕੰਦੀ, ਅਤੇ ਕੋਈ ਹੋਰ ਵੀ ਹੋ ਸਕਦਾ ਹੈ। ਇਹ ਆਪਾਂ ਤਿੰਨ ਉਮੀਦਵਾਰ ਉਹ ਨੇ ਜਿਨ੍ਹਾਂ ਨੂੰ ਟਿਕਟ ਮਿਲ ਸਕਦੀ ਹੈ, ਅਤੇ ਹੋਰ ਕੋਈ ਵੀ ਇਹਨਾਂ ਤੋਂ ਇਲਾਵਾ ਹੋ ਸਕਦਾ, ਕਿਉਂਕਿ ਹੁਣ ਵੀ ਤੁਸੀਂ ਦੇਖਿਆ ਹੋਣਾ ਕਿ ਕੁਝ ਦਿਨਾਂ ਤੋਂ ਸੁਖਬੀਰ ਸਿੰਘ ਬਾਦਲ ਕਾਫੀ ਐਕਟਿਵ ਹੋਏ ਨੇ, ਅਤੇ ਕਾਫੀ ਲੋਕ ਜਿਹੜੇ ਹੈਗੇ ਆ ਉਹ ਉਹਨਾਂ ਦੇ ਨਾਲ ਜੁੜ ਰਹੇ ਆ, ਅਤੇ ਹੋ ਸਕਦਾ ਕਿ ਇਹ ਟਿਕਟ ਦਾ ਕੋਈ ਹੋਰ ਦਾਅਵੇਦਾਰ ਵੀ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਸੁਖਬੀਰ ਸਿੰਘ ਬਾਦਲ। ਦੇਖੋ, ਸੁਖਬੀਰ ਸਿੰਘ ਬਾਦਲ ਮੌਜੂਦਾ ਉੱਥੋਂ MP ਨੇ, ਸਿਟਿੰਗ MP ਨੇ, ਔਰ ਪਾਰਟੀ ਦੇ ਆਪਣੀ ਦੇ ਪ੍ਰਧਾਨ ਵੀ ਨੇ, ਤਾਂ ਬਹੁਤ ਜ਼ਿੰਮੇਵਾਰੀ ਹੋਈ। ਪਰ ਦੂਸਰੇ ਪਾਸੇ ਜੇ ਜਾ ਕੇ ਜਿਸ ਤਰੀਕੇ ਦੇ ਨਾਲ ਹੁਣ ਅਕਾਲੀ ਦਲ ਦਾ ਜਿਹੜਾ ਟਕਸਾਲੀ ਲੀਡਰਾਂ ਦੀ ਘਰ ਵਾਪਸੀ ਹੋਈ ਹੈ, ਤਾਂ ਉਸ ਤੋਂ ਬਾਅਦ ਹੋ ਸਕਦਾ ਕਿ, ਕਿਉਂਕਿ ਜਿਵੇਂ ਸੁਖਬੀਰ ਸਿੰਘ ਬਾਦਲ ਨੇ ਜਦੋਂ ਹੁਣ ਸੁਖਦੇਵ ਸਿੰਘ ਢੀਂਡਸਾ ਨੇ ਵਾਪਸੀ ਕੀਤੀ ਹੈ, ਤਾਂ ਉਹਨੇ ਉਸ ਦਿਨ ਉਹਨਾਂ ਦੇ ਮੰਚ ਤੋਂ ਕਿਹਾ ਸੀ ਕਿ ਜਿਹੜੀ ਹੁਣ ਅਸੀਂ ਵੀ ਬਾਦਲ ਸਾਹਿਬ ਤੋਂ ਬਾਅਦ ਵੀ ਮੈਂ ਇਹਨਾਂ ਦਾ ਬਹੁਤ ਸਤਿਕਾਰ ਕਰਦਾ, ਜਿਹੜੇ ਪਾਰਟੀ ਦੇ ਸਰਪ੍ਰਸਤ ਉਹਨਾਂ ਨੇ ਕਿਹਾ ਸੀ ਕਿ ਹੁਣ ਸੁਖਦੇਵ ਸਿੰਘ ਢੀਂਡਸਾ ਹੋਣਗੇ, ਇਹ ਫੈਸਲੇ ਇਹ ਰਹਿਨੁਮਾਈ ਕਰਨ ਕਿਸ ਤਰੀਕੇ ਨਾਲ ਜਾਣਾ। ਖੈਰ, ਉਹ ਵੱਖਰੀ ਗੱਲ ਹੈ, ਪਰ ਮੈਨੂੰ ਲੱਗਦਾ ਕਿ ਸ਼ਾਇਦ ਇਸ ਵਾਰ ਫਿਰੋਜ਼ਪੁਰ ਸੀਟ ਤੋਂ ਸਮੀਕਰਨ ਚੇਂਜ ਹੋ ਵੀ ਸਕਦੇ ਨੇ। ਹੋ ਸਕਦਾ ਸੁਖਬੀਰ ਸਿੰਘ ਬਾਦਲ ਇੱਥੋਂ ਹੀ ਚੋਣ ਲੜਨ, ਜਾਂ ਫਿਰ ਉਹ ਕੋਈ ਹੋਰ ਹਲਕੇ ਤੋਂ ਵੀ ਚੋਣ ਲੜ ਸਕਦੇ ਨੇ। ਪਰ ਹਾਲੇ ਤੱਕ ਜੋ ਕਿਆਸ ਰਹੀਆਂ ਚੱਲ ਰਹੀਆਂ ਨੇ, ਜੋ ਫਿਰੋਜ਼ਪੁਰ ਦੇ ਹਲਕੇ ਦੀ ਰਿਪੋਰਟ ਇਹੀ ਆ ਰਹੀ ਹੈ ਕਿ ਉੱਥੇ ਇਹੀ ਚਾਹੁੰਦੇ ਲੋਕ ਜਿਹੜੇ ਨੇ ਉਹ ਸੁਖਬੀਰ ਸਿੰਘ ਬਾਦਲ ਹੀ ਦੁਬਾਰਾ ਉੱਥੋਂ ਚੋਣ ਲੜਨ, ਔਰ ਇਸੇ ਲਈ ਜਿਹੜੀ ਪ੍ਰਬਲ ਦਾਅਵੇਦਾਰੀ ਹੈ ਉਹ ਜਿਹੜੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਔਰ ਮੌਜੂਦਾ ਜਿਹੜੇ MP ਨੇ ਫਿਰੋਜ਼ਪੁਰ ਸੀਟ ਤੋਂ ਨੇ, ਤਾਂ ਉਹੀ ਆ ਰਹੇ ਹੋ ਕਿਤੇ ਨਾ ਕਿਤੇ ਉਹ ਬੈਲਟ ਪੂਰੀ ਅਕਾਲੀਆਂ ਦਾ ਗੜ੍ਹ ਮੰਨੀ ਜਾਂਦੀ ਹੈ ਜਿਹੜੀ, ਉਹ ਪੂਰੀ ਫਿਰੋਜ਼ਪੁਰ, ਜਲਾਲਾਬਾਦ, ਇੱਧਰ ਬਠਿੰਡਾ ਸਾਈਡ ਤੱਕ ਕਹਿ ਦਈਏ, ਮੁਕਤਸਰ ਸਾਹਿਬ, ਪੂਰੀ ਜਿਹੜੀ ਗੁਰੂ ਹਰ ਸਾਹਿਬ, ਪੂਰੀ ਜਿਹੜੀ ਬੈਲਟ ਆ ਉਹ ਕਿਤੇ ਨਾ ਕਿਤੇ ਅਕਾਲੀਆਂ ਦਾ ਗੜ੍ਹ ਮੰਨਿਆ ਜਾਂਦਾ, ਚੰਗਾ ਵੋਟ ਬੈਂਕ ਅਕਾਲੀਆਂ ਦਾ ਉੱਥੇ। ਹਾਲਾਂਕਿ ਪਿਛਲੀ ਵਿਧਾਨ ਸਭਾ ਦੀ ਇਲੈਕਸ਼ਨ ਨੂੰ ਆਪਾਂ ਛੱਡ ਦਈਏ, ਉਸ ਤੋਂ ਬਿਨਾਂ ਜਿਹੜੇ ਬਾਕੀ ਅੰਕੜਿਆਂ ਦੀ ਗੱਲ ਕਰੀਏ ਤਾਂ ਅਕਾਲੀ ਦਲ ਦਾ ਚੰਗਾ ਹੋਲਡਰ ਹੈ ਪੂਰੀ ਬੈਲਟ ਦੇ ਉੱਪਰ। ਇਸੇ ਲਈ 2019 ਦੇ ਵਿੱਚ ਸੁਖਬੀਰ ਸਿੰਘ ਬਾਦਲ ਸੀ, ਉਹਨਾਂ ਨੇ ਫੈਸਲਾ ਕੀਤਾ ਸੀ ਕਿ ਉਹ ਫਿਰੋਜ਼ਪੁਰ ਸੀਟ ਤੋਂ ਚੋਣ ਲੜਨਗੇ, ਕਿਉਂਕਿ ਉਸੇ ਸੀਟ ਤੋਂ ਜਿਹੜੇ ਸਾਬਕਾ MP ਜਿਵੇਂ ਪਹਿਲਾਂ ਪਿਛਲੇ ਆਪਾਂ ਜ਼ਿਕਰ ਕੀਤਾ ਸ਼ੇਰ ਸਿੰਘ ਘੁਬਾਇਆ, ਜੋ ਕਿ ਅਕਾਲੀ ਦਲ ਦੇ ਹੀ ਕੈਂਡੀਡੇਟ ਸੀ, ਉਹਨਾਂ ਦੇ ਵੱਲੋਂ ਟਿਕਟ ਕੱਟੇ ਜਾਣ ਦੇ ਚੱਲਦੇ ਜਿਹੜਾ ਸੀ ਉਹ ਬਾਗੀ ਹੋਏ ਸੀ, ਪਾਰਟੀ ਛੱਡਤੀ ਸੀ। ਇਸ ਲਈ ਸੁਖਬੀਰ ਸਿੰਘ ਬਾਦਲ ਨੇ ਉੱਥੋਂ ਚੋਣ ਲੜੀ ਸੀ ਔਰ ਚੋਣ ਜਿੱਤੀ ਵੀ ਸੀ, ਔਰ ਮੌਜੂਦਾ MP ਵੀ। ਤੁਸੀਂ ਸਹੀ ਕਿਹਾ ਕਿ ਇਸ ਸੀਟ 'ਤੇ ਸਮੀਕਰਨ ਬਹੁਤ ਚੇਂਜ ਹੋਏ ਨੇ, ਉਹਦਾ ਕਾਰਨ ਆਪਾਂ ਪਿਛਲੀ ਵਾਰੀ ਵੀ ਜ਼ਿਕਰ ਕੀਤਾ ਕਿ ਬਹੁਤ ਜਿਹੜੇ ਵੱਡੇ ਲੀਡਰ ਸੀਗੇ, ਵੱਡੇ ਨਾਮ ਸੀਗੇ ਜਿਹੜੇ, ਉਹ ਆਪਣੀਆਂ ਪਾਰਟੀਆਂ ਛੱਡ ਕੇ ਦੂਜੀ ਪਾਰਟੀਆਂ ਚਲੇ ਗਏ ਨੇ, ਅਤੇ ਇਸ ਕਰਕੇ ਇੱਥੇ ਸਮੀਕਰਨ ਜਿਹੜੀ ਇਸ ਸੀਟ ਦੇ ਵਿੱਚ ਬਦਲੇ ਨੇ। ਹੋ ਸਕਦਾ ਕਿ ਸੁਖਬੀਰ ਸਿੰਘ ਬਾਦਲ, ਕਿਉਂਕਿ ਸੁਖਬੀਰ ਸਿੰਘ ਜਦੋਂ ਜੋ ਕੋਈ ਕਿਸੇ ਵੱਡੀ ਪਾਰਟੀ ਦਾ ਜਿਹੜਾ, ਕਿਉਂਕਿ ਸਭ ਤੋਂ ਪੁਰਾਣੀ ਪਾਰਟੀ ਹੈ, ਰੀਜਨਲ ਪਾਰਟੀ ਹੈ ਔਰ ਲੋਕਾਂ ਦੇ ਵਿਚਕਾਰ ਦੀ ਪਾਰਟੀ ਹੈ ਆਪਾਂ ਕਿਹਾ ਜਾ ਸਕਦਾ, ਕਿਉਂਕਿ ਨੈਸ਼ਨਲ ਪਾਰਟੀ 'ਚ ਕਈ ਵਾਰੀ ਇੱਦਾਂ ਹੁੰਦਾ, ਇਹ ਕਹਿੰਦੇ ਨੇ ਕਿ ਇੱਕ ਵੱਡਾ ਜਿਹੜਾ ਉਹ ਹਥਿਆਰ ਹੁੰਦਾ ਪੋਲੀਟੀਕਲ ਪਾਰਟੀਆਂ ਦੇ ਕੋਲ, ਉਹ ਕਹਿੰਦੇ ਨੇ ਕਿ ਇਹ ਤਾਂ ਦਿੱਲੀ ਦੀ ਪਾਰਟੀ ਹੈ, ਦਿੱਲੀ ਤੋਂ ਹੀ ਫੈਸਲੇ ਹੁੰਦੇ ਨੇ ਕਹਿੰਦੇ ਹੁੰਦੇ, ਅਤੇ ਇਹ ਕਿਉਂਕਿ ਸੁਖਬੀਰ ਸਿੰਘ ਬਾਦਲ ਜਿਸ ਪਾਰਟੀ ਦੇ ਪ੍ਰਧਾਨ ਨੇ
ਉਹ ਪਾਰਟੀ ਦੇ ਫੈਸਲੇ ਇੱਥੇ ਹੀ ਪੰਜਾਬ 'ਚ ਹੁੰਦੇ ਨੇ, ਇਸ ਕਰਕੇ ਇਸ ਸੀਟ 'ਤੇ ਖੇਤਰੀ ਪਾਰਟੀ, ਹਾਂ ਖੇਤਰੀ ਔਰ ਪੁਰਾਣੀ ਪਾਰਟੀ ਆ, ਲੀਡਰਸ਼ਿਪ ਵੀ ਬਹੁਤ ਹੈਗੀ ਇਹਨਾਂ ਕੋਲ, ਮੈਚੋਰ ਲੀਡਰਸ਼ਿਪ ਵੀ ਹੈਗੀ, ਜਿਨ੍ਹਾਂ ਨੇ ਪੰਜ ਪੰਜ ਵਾਰ ਐੱਮ ਐੱਲ ਏ ਦੇ ਇਲੈਕਸ਼ਨ ਲੜੇ ਔਰ ਬਣੇ ਵੀ ਨੇ, ਪੰਜ ਦੋ ਦੋ ਤਿੰਨ ਵਾਰ ਐੱਮ ਪੀ ਰਹੇ ਨੇ, ਕਈ ਇਹਨਾਂ ਕੋਲ ਕੈਂਡੀਡੇਟ ਹੈਗੇ ਨੇ। ਲੇਕਿਨ ਕਿਉਂਕਿ ਆਪਾਂ ਗੱਲ ਸਿਰਫ ਫਿਰੋਜ਼ਪੁਰ ਹਲਕੇ ਦੀ ਕਰ ਰਹੇ ਹਾਂ, ਅਤੇ ਫਿਰੋਜ਼ਪੁਰ ਹਲਕੇ 'ਚ ਕਿਉਂਕਿ ਹੋਰ ਪਾਰਟੀਆਂ ਜਿਸ ਤਰ੍ਹਾਂ ਨਾਲ ਚਿਹਰੇ ਉਤਾਰਦੀਆਂ ਜਾਂ ਕੋਈ ਵੱਡੇ ਨਾਮ ਹੋਰ ਪਾਰਟੀਆਂ ਉਤਾਰਦੀਆਂ ਨੇ, ਅਤੇ ਹੋ ਸਕਦਾ ਕਿ ਪ੍ਰਧਾਨ ਨੂੰ ਖੁਦ ਸੁਖਬੀਰ ਸਿੰਘ ਬਾਦਲ ਨੂੰ ਖੁਦ ਇੱਕ ਵਾਰ ਫਿਰ ਤੋਂ ਇਸ ਪਾਰਟੀ ਇਸ ਹਲਕੇ ਤੋਂ ਚੋਣ, ਹਾਲਾਂਕਿ ਇਹਨਾਂ ਕੋਲ ਇਹਨਾਂ ਦੇ ਜਿਹੜੇ ਵਾਈਫ ਨੇ ਹਰਸਿਮਰਤ ਕੌਰ ਬਾਦਲ, ਉਹ ਵੀ ਇੱਕ ਵੱਡਾ ਚਿਹਰਾ ਨੇ, ਵੱਡਾ ਨਾਮ ਨੇ, ਮਨਪ੍ਰੀਤ ਸਿੰਘ ਬਾਦਲ ਜਿਹੜੇ ਹੁਣ ਇਹਨਾਂ ਦੀ ਪਾਰਟੀ ਜੋ ਮਨਪ੍ਰੀਤ ਸਿੰਘ ਬਾਦਲ ਆ ਜਿਹੜੇ ਭਰਾ ਤਾਂ ਹੈਗੇ ਹੀ ਨਾ ਘੱਟੋ ਘੱਟ, ਕਿਉਂਕਿ ਬਹੁਤ ਕੁਛ ਅਜਿਹਾ ਹੈ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਚੇਂਜ ਹੋਇਆ, ਬਹੁਤ ਕੁਛ ਹੋ ਸਕਦਾ ਇਸ ਬਾਰੇ, ਕਿਉਂਕਿ ਬਠਿੰਡਾ ਸੀਟ ਤੁਸੀਂ ਜਿੱਦਾਂ ਦੱਸਿਆ ਕਿ ਮੁਕਤਸਰ, ਬਠਿੰਡਾ, ਫਿਰੋਜ਼ਪੁਰ, ਇਹ ਇੱਕ ਅਜਿਹੀ ਬੈਲਟ ਹੈ ਜਿੱਥੇ ਅਕਾਲੀਆਂ ਦਾ ਗੜ ਮੰਨਿਆ ਜਾਂਦਾ ਹੈ ਔਰ ਲੋਕ ਜ਼ਿਆਦਾ ਅਕਾਲੀ ਦਲ ਨੂੰ ਹੀ ਪਸੰਦ ਕਰਦੇ ਆ, ਔਰ ਇਹ ਹਲਕੇ ਜਿਹੜੇ ਹੈਗੇ ਆ ਇਹ ਤਕਰੀਬਨ ਬਾਰਡਰ ਏਰੀਏ ਦੇ ਨਾਲ ਲੱਗਦੇ ਸਾਰੇ ਜਿਹਨਾਂ ਦੇ ਤੁਸੀਂ ਨਾਮ ਲਿਆ, ਅਤੇ ਇਸ ਕਰਕੇ ਸੁਖਬੀਰ ਸਿੰਘ ਬਾਦਲ ਵੱਡੇ ਦਾਅਵੇਦਾਰ, ਵੱਡੇ ਦਾਅਵੇਦਾਰ ਨੂੰ ਇਸ ਲਈ ਵੀ ਨੇ ਕਿ ਰਾਣਾ ਜੀ ਜਿਸ ਤਰੀਕੇ ਦੇ ਨਾਲ ਜੋ ਆਪਾਂ ਪੰਜਾਬ ਦੇ ਵਿੱਚ ਇਸ ਟਾਈਮ ਜਿਸ ਤਰੀਕੇ ਦਾ ਮਾਹੌਲ ਬਣਿਆ ਸੀਗਾ 2022 ਦੀ ਲੋਕ ਸਭਾ ਇਲੈਕਸ਼ਨ, ਜਿਵੇਂ ਹੁੰਝਾ ਫਿਰ ਜਿੱਤ ਦਰਜ ਕੀਤੀ ਸੀ ਆਮ ਆਦਮੀ ਪਾਰਟੀ ਨੇ, ਔਰ ਤੁਸੀਂ ਦੇਖਿਆ ਕਿ ਤਕਰੀਬਨ ਸਾਰੇ ਹੀ ਜਿੰਨੇ ਵੀ ਵੱਡੇ ਵੱਡੇ ਚਿਹਰੇ ਸੀਗੇ ਸਭ ਹਾਰੇ, ਸੁਖਬੀਰ ਸਿੰਘ ਬਾਦਲ ਸਾਰੇ ਹਾਰੇ ਸੀਗੇ, ਤਾਂ ਉਸ ਚੀਜ਼ ਨੂੰ ਵੀ ਧਿਆਨ ਦੇ ਵਿੱਚ ਰੱਖਦੇ ਹੋਏ ਜਿਸ ਏਰੀਏ ਦੇ ਵਿੱਚ ਇਹਨਾਂ ਦੀ ਪੈਂਟ ਹੈਗੀ ਆ, ਜਿਵੇਂ ਹੁਣ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਐੱਮ ਪੀ ਨੇ, ਫਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਐੱਮ ਪੀ ਨੇ, ਤਾਂ ਕਿਤੇ ਨਾ ਕਿਤੇ ਇਹ ਆਪਣਾ ਹਲਕਾ ਨਹੀਂ ਛੱਡਣਗੇ, ਕਿਉਂਕਿ ਹਾਲੇ ਵੀ ਜਿਹੜੇ ਸਮੀਕਰਨ ਨੇ ਉਨੇ ਜ਼ਿਆਦਾ ਆਸਾਨ ਨਹੀਂ ਹੋਏ ਜਿੰਨੇ ਇਹ ਸਮਝ ਰਹੇ ਨੇ, ਕਿਉਂਕਿ 2012 ਦੇ ਵਿੱਚ, ਕਿਉਂਕਿ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਉਹ ਵੀ ਲਗਾਤਾਰ ਜਿਵੇਂ ਜਿਸ ਤਰੀਕੇ ਨਾਲ ਕੰਮ ਦੀ ਰਫ਼ਤਾਰ ਫੜੀ ਜੋ ਵੀ ਜ਼ਿਆਦਾ ਅਜਿਹੇ ਦੇ ਵਿੱਚ ਲੋਕਾਂ ਦੇ ਵਿੱਚ ਵਿਚਰਨਾ, ਔਰ ਆਪਣੀ ਦੇਖੋ ਸਭ ਤੋਂ ਵੱਡਾ ਚੈਲੇਂਜ ਇਹੀ ਹੁੰਦਾ ਕਿ ਜੋ ਬੰਦਾ ਜਿਸ ਪੋਜੀਸ਼ਨ 'ਤੇ ਹੁੰਦਾ ਉਸਨੂੰ ਮੇਨਟੇਨ ਰੱਖਣਾ, ਇਹ ਮੌਜੂਦਾ ਇੱਥੋਂ ਐੱਮ ਪੀ ਨੇ, ਔਰ ਉਸ ਚੀਜ਼ ਲਈ ਪ੍ਰੈਸ਼ਰ ਕਿਤੇ ਨਾ ਕਿਤੇ ਇਹਨਾਂ ਪਰ ਵੱਧ ਹੁੰਦਾ ਕਿ ਆਪਣੀ ਸੀਟ ਨੂੰ ਡਿਫੈਂਡ ਕਰਨਾ ਔਰ ਦੁਬਾਰਾ ਤੋਂ ਇੱਕ ਵਾਰ ਫਿਰ ਜਿਹੜੀ ਹੈ ਸੀਟ ਕੇ, ਕਿਉਂਕਿ ਜੋ ਪਾਰਟੀ ਦਾ ਪ੍ਰਧਾਨ ਉਹਨੂੰ ਲੀਡ ਕਰਦਾ, ਇਸ ਲਈ ਉਹ ਐਗਜ਼ਾਮਪਲ ਸੈੱਟ ਕਰਨਾ ਚਾਹੁੰਦੇ ਨੇ, ਉਹ ਚਾਹੁੰਣਗੇ ਕਿ ਮੇਰੇ ਖਿਆਲ ਨਾਲ ਜੋ ਰਿਪੋਰਟ ਆ ਰਹੀ ਹੈ ਕਿ ਇਹ ਖੁਦ ਇੱਕ ਵਾਰ ਫਿਰ ਤੋਂ ਉੱਥੋਂ ਲੜ ਵੀ ਸਕਦੇ ਨੇ, ਕੋਈ ਹੈਰਾਨੀ ਨਹੀਂ ਹੋਏਗੀ। ਠੀਕ ਹੈ ਜੀ, ਆਪਾਂ ਗੱਲ ਕਰਦੇ ਹਾਂ ਹੁਣ ਵਰਦੇਵ ਸਿੰਘ ਨੋਨੀਮਾਨ ਦੀ, ਨੋਨੀਮਾਨ ਤੋਂ ਇਹ ਮਸ਼ਹੂਰ ਨੇ ਅਤੇ ਕਾਫੀ ਨਾਮੀ ਚਿਹਰਾ, ਨਾਮ ਬੜਾ ਵੱਜਦਾ ਇਹਨਾਂ ਦਾ, ਅਤੇ ਇਹ ਵੈਸੇ ਵੀ ਚਰਚਾ 'ਚ ਰਹਿੰਦੇ ਨੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ, ਹਾਂਜੀ, ਕਿਉਂਕਿ ਗੁਰੂ ਹਰਸਹਾਇ ਤੋਂ ਉਮੀਦਵਾਰ ਇੱਕ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਹਨਾਂ ਨੂੰ ਉਤਾਰਿਆ ਸੀ, ਉਦੋਂ ਵੀ ਬੜਾ ਚਰਚਾ ਹੋਈ ਸੀਗੀ, ਇਹਨਾਂ ਦਾ ਡਰਾਈਵਰ ਸੀਗਾ ਇੱਕ ਮੁੰਡਾ, ਉਹਨੇ ਕਿਸਾਨ ਲੀਡਰ ਸੀ ਕੋਈ, ਬਿਲਕੁਲ ਬਿਲਕੁਲ, ਉਹ ਚਲੋ ਚਰਚਾਵਾਂ ਲੀਡਰਾਂ 'ਚ ਚੱਲਦੀਆਂ ਰਹਿੰਦੀਆਂ ਨੇ, ਪਰ ਆਪਾਂ ਇੱਥੇ ਦਾਅਵੇਦਾਰੀ ਦੀ ਗੱਲ ਕਰ ਰਹੇ ਕਿ ਦਾਅਵੇਦਾਰੀ ਦੇ ਵਿੱਚ ਜਿਹੜਾ ਦੂਸਰਾ ਨਾਮ ਆ ਇਹਨਾਂ ਦਾ ਵੀ ਚੱਲ ਰਿਹਾ, ਔਰ ਪਿਛਲੇ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਵੀ ਇਹਨਾਂ ਨੂੰ ਸੀਟ ਮਿਲੀ ਸੀ ਗੁਰੂ ਹਰਸਹਾਇ ਤੋਂ, ਹਾਲਾਂਕਿ ਉਹ ਫੌਜਾ ਸਿੰਘ ਸਰਾਰੀ ਤੋਂ ਹਾਰ ਗਏ ਸੀ, ਔਰ ਡਿਫਰੈਂਸ ਕੋਈ ਬਾਹਲਾ ਨਹੀਂ, 10-11 ਹਜ਼ਾਰ ਵੋਟ ਦਾ ਸੀਗਾ ਉਹ ਡਿਫਰੈਂਸ ਉਹਦੇ ਵਿੱਚ, ਪਰ ਵੋਟ ਚੰਗੀ ਵੋਟ ਲੈ ਗਏ ਸੀ ਇਹ, 50-55 ਹਜ਼ਾਰ ਦੇ ਗੇੜ ਖਿਲਾ ਵੋਟ ਇਹ ਲੈ ਗਏ ਸੀਗੇ, ਇਸੇ ਲਈ ਇਹਨਾਂ ਦਾ ਵੀ ਨਾਮ ਜਿਹੜਾ ਚਰਚਾ ਦੇ ਵਿੱਚ ਆ, ਔਰ ਉਸ ਪੂਰੇ ਏਰੀਏ ਦੇ ਵਿੱਚ ਇਹਨਾਂ ਦਾ ਚੰਗਾ ਜਿਹੜਾ ਹੈਗਾ ਅਕਸ ਹੈ, ਮਿਲਣ ਵਰਤਾਰਾ ਚੰਗਾ, ਲੋਕਾਂ ਦੇ ਵਿੱਚ ਵਿਚਰਦੇ ਨੇ ਵਧੀਆ, ਔਰ ਜਿਵੇਂ ਤੁਸੀਂ ਕਿਹਾ ਕਿ ਨੋਨੀਮਾਨ, ਸ਼ਾਇਦ ਅੱਧਿਆਂ ਨੂੰ ਇਹਦਾ ਪੂਰਾ ਨਾਮ ਸਾਰੇ ਹੀ ਨੋਨੀਮਾਨ ਦੇ ਨਾਮ ਦੇ ਨਾਲ ਹੀ ਜਾਣਦੇ। ਹਾਂਜੀ ਹਾਂਜੀ, ਅਤੇ ਅਗਲੇ ਆਪਣੇ ਜਿਹੜੇ ਕੈਂਡੀਡੇਟ ਹੈਗੇ ਆ ਉਹ ਹੈਗੇ ਆ ਰੋਜ਼ੀ ਬਰਕੰਦੀ, ਰੋਜ਼ੀ ਬਰਕੰਦੀ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਨਾਮ ਇਹਨਾਂ ਦਾ ਵੀ ਓਰਿਜਨਲ ਕਿਸੇ ਨੂੰ ਨਹੀਂ ਪਤਾ, ਸਾਰਿਆਂ ਨੂੰ ਰੋਜ਼ੀ ਬਰਕੰਦੀ ਹੀ ਪਤਾ, ਕਿਉਂਕਿ ਇਹ ਵੈਸੇ ਹਲਕਾ ਇਹਨਾਂ ਦਾ ਮੁਕਤਸਰ ਸਾਹਿਬ ਵੱਲ ਦਾ ਹੈਗਾ, ਇਹਨਾਂ ਦਾ ਮੁਕਤਸਰ ਸਾਹਿਬ ਤੋਂ, ਕਿਉਂਕਿ ਐੱਮ ਪੀ ਦੀ ਸੀਟ ਹੈ ਵਿੱਚ, ਹਾਂ ਕਈ ਵਿਧਾਨ ਸਭਾ ਹਲਕੇ ਵਿੱਚ ਹੈਗੇ ਆ, ਅਤੇ ਇਸ ਕਰਕੇ ਇਹਨਾਂ ਦੇ ਨਾਮ ਦੀ ਵੀ ਚਰਚਾ ਹੋ ਰਹੀ ਹੈ ਕਿ ਇਹ ਵੀ ਇਸ ਸੀਟ ਤੋਂ ਕੈਂਡੀਡੇਟ ਹੋ ਸਕਦੇ ਨੇ ਜੇ ਸੁਖਬੀਰ ਸਿੰਘ ਬਾਦਲ ਨੂੰ ਇਹ ਲੱਗਦਾ ਹੋਵੇ।
ਮੈਂ ਦੱਸਦਾ ਰਹਿਣਾ ਜੀ ਤੁਹਾਡੀ ਗੱਲ ਕਰ ਰਿਹਾ, ਕਿਉਂਕਿ ਇਹ ਦੋ ਨਾਮ ਅਸੀਂ ਕਿਉਂ ਲੈ ਰਹੇ ਹਾਂ, ਜੋ ਰਿਪੋਰਟਾਂ ਦੇ ਆਧਾਰ 'ਤੇ ਜੋ ਗਰਾਊਂਡ ਤੋਂ ਰਿਪੋਰਟ ਆਈ, ਦੂਸਰੀ ਗੱਲ ਇਹ ਆ ਕਿ ਇਹ ਦੋਵੇਂ ਨਾਮ ਜਿਹੜੇ ਨੇ ਇਸ ਹਲਕੇ ਬੈਲਟ ਦੀ ਗੱਲ ਕਰੀਏ, ਸੁਖਬੀਰ ਸਿੰਘ ਬਾਦਲ ਦੇ ਬਹੁਤ ਕਲੋਜ਼ ਨੇ ਜੀ, ਪਾਰਟੀ ਦੇ ਪ੍ਰਧਾਨ ਨੇ ਸੁਖਬੀਰ ਬਾਦਲ, ਔਰ ਅਕਸਰ ਜਦੋਂ ਕਿਤੇ ਵੀ ਇਸ ਹਲਕਿਆਂ ਦੇ ਵਿੱਚ ਮੀਟਿੰਗ ਹੁੰਦੀ ਹੈ ਜ਼ਿਆਦਾਤਰ ਸੁਖਬੀਰ ਸਿੰਘ ਬਾਦਲ ਇਹਨਾਂ ਦੇ ਰਿਹਾਇਸ਼ ਦੇ ਉੱਪਰ ਹੀ ਜਾ ਕੇ ਗੱਲਬਾਤ ਕਰਦੇ ਨੇ, ਮੀਟਿੰਗ ਉੱਥੇ ਹੁੰਦੀ ਹੈ। ਇਸ ਲਈ ਰੋਜ਼ੀ ਬਰਕੰਦੀ ਦੀ ਗੱਲ ਕਰੀਏ, ਵਰਦੇਵ ਸਿੰਘ ਨੁਨੀਮਾਨ ਦੀ ਗੱਲ ਕਰੀਏ, ਤਾਂ ਇਹ ਸੁਖਬੀਰ ਸਿੰਘ ਬਾਦਲ ਤੋਂ ਬਾਅਦ ਅਗਰ ਇਹ ਸੀਟ ਛੱਡਦੇ ਨੇ ਤਾਂ ਇਹਨਾਂ ਦੇ ਨਾਵਾਂ ਦੇ ਉੱਪਰ ਚਰਚਾ ਹੋ ਰਹੀ ਹੈ, ਔਰ ਕੋਈ ਹੋਰ ਦੇ ਵਿੱਚ ਵਿਕਲਪ ਇੱਥੇ ਵੀ ਹੋ ਸਕਦਾ। ਹਾਂ ਬਿਲਕੁਲ, ਜਿੱਦਾਂ ਗੁਬਾਇਆ ਪਰਿਵਾਰ ਤੋਂ ਬਾਅਦ, ਮਤਲਬ ਗੁਬਾਇਆ ਪਰਿਵਾਰ ਜਿਹੜਾ ਜਦ ਤੋਂ ਵੱਖ ਹੋਇਆ, ਨਹੀਂ ਤਾਂ ਪਹਿਲਾਂ ਗੁਬਾਇਆ ਪਰਿਵਾਰ ਹੀ ਜ਼ਿਆਦਾਤਰ ਮਤਲਬ ਸੁਖਬੀਰ ਬਾਦਲ ਦੀ ਮੀਟਿੰਗਸ ਵਗੈਰਾ ਜੇ ਉਸ ਤਰ੍ਹਾਂ ਦੀ, ਹਾਂ ਪਹਿਲੀ ਪਸੰਦ ਉਹ ਹੁੰਦੀ ਸੀਗੀ। ਅਤੇ ਹੁਣ ਦੇਖੋ ਕਿ ਇਹ ਦੋ ਆਪਾਂ ਜ਼ਿਕਰ, ਤੁਸੀਂ ਠੀਕ ਕਿਹਾ ਕਿ ਬਿਲਕੁਲ, ਕਿਉਂਕਿ ਜੋ ਗਰਾਊਂਡ ਤੋਂ ਸਾਡੇ ਜਿਹੜੇ ਰਿਪੋਰਟਰਸ ਹੈਗੇ ਆ ਜਾਂ ਸਾਡੀ ਜਿਹੜੀ ਆਪਣੇ ਸੋਰਸਿਸ ਹੈਗੇ ਜੋ ਇਹ ਗੱਲ ਕਰਦੇ ਆ ਕਿ ਵੀ ਇੱਥੋਂ ਕੌਣ ਹੋ ਸਕਦਾ, ਕਿਉਂਕਿ ਜਦ ਇਹ ਜਿਹੜੀ ਹਜੇ ਇੱਕ ਯਾਤਰਾ ਜਿਹੜੀ ਹੈ ਸੁਖਬੀਰ ਸਿੰਘ ਬਾਦਲ ਨੇ ਸ਼ੁਰੂ ਕੀਤੀ, ਉਸ 'ਚੋਂ ਵੀ ਜਿਹੜੇ ਜਿਹੜੇ ਚਿਹਰੇ ਜਿਹੜੇ ਹੈਗੇ ਆ ਫਰੰਟ 'ਤੇ ਆ ਕੇ ਸਹਿਯੋਗ ਕਰ ਰਹੇ ਆ, ਅੱਗੇ ਵੱਧ ਕੇ ਪਾਰਟੀ ਦਾ ਦੀ ਛਵੀ ਨੂੰ ਹੋਰ ਮਤਲਬ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ, ਤਾਂ ਉਹਨਾਂ ਦੇ ਵਿੱਚੋਂ ਇਸ ਕਰਕੇ ਇਹ ਜਿਹੜਾ ਹਲਕਾ ਹੈਗਾ ਉਹਦੇ 'ਚ ਇਹ ਦੋ ਨਾਮ ਜਿਹੜੇ ਉਹ ਆਪਾਂ ਇਸ ਕਰਕੇ ਟਿਕਟ ਦੇ ਦਾਅਵੇਦਾਰਾਂ 'ਚ ਲੈ ਰਹੇ ਹਾਂ। ਔਰ ਕੋਈ ਹੋਰ ਮਤਲਬ ਕੋਈ ਹੋਰ ਵੀ ਹੋ ਸਕਦਾ, ਕਿਉਂਕਿ ਸੁਖਬੀਰ ਸਿੰਘ ਬਾਦਲ ਜਿਵੇਂ ਆਪਾਂ ਜ਼ਿਕਰ ਕੀਤਾ ਸੀਗਾ ਕਿ ਪਾਰਟੀ ਵੱਡੀ ਹੈ ਔਰ ਬਹੁਤ ਸਾਰੇ ਚਿਹਰੇ ਵੀ ਹੈਗੇ ਇਹਨਾਂ ਕੋਲ, ਇਹ ਹੋ ਸਕਦਾ ਕਿਉਂਕਿ ਪਹਿਲਾਂ ਆਪਾਂ ਸਿਰਫ ਉਹਨਾਂ ਤੋਂ ਹੀ ਇਸੇ ਕਰਕੇ ਜ਼ਿਕਰ ਕਰਦੇ ਹਾਂ ਕਿ ਜਿਹੜੇ ਉਸ ਹਲਕੇ ਦੇ ਅਧੀਨ ਆਉਂਦੇ ਨੇ, ਆਪਾਂ ਪਹਿਲਾਂ ਉਹਨਾਂ ਦੀ ਗੱਲ ਕਰਦੇ ਹਾਂ। ਹਾਲਾਂਕਿ ਸੁਖਬੀਰ ਸਿੰਘ ਬਾਦਲ ਖੁਦ ਜ਼ਿਲ੍ਹਾ ਮੁਕਤਸਰ ਤੋਂ ਹੈਗੇ ਨੇ, ਲੇਕਿਨ ਜਿਹੜੇ ਉਸ ਹਲਕੇ ਨੇ ਆਪਾਂ ਪਹਿਲਾਂ ਉਹਨਾਂ ਦਾ ਜ਼ਿਕਰ ਕਰਦੇ ਹਾਂ, ਲੇਕਿਨ ਕਿਉਂਕਿ ਇਹ ਇਲੈਕਸ਼ਨ ਜਿਹੜੀ ਹੈਗੀ, ਲੋਕ ਸਭਾ ਇਲੈਕਸ਼ਨ ਜਿਹੜੀ ਹੈਗੀ ਹੈ, ਇਹਦੇ ਵਿੱਚ ਲੋਕਲ ਕੈਂਡੀਡੇਟ ਨਾ ਵੀ ਹੋਵੇ, ਨਾਮ ਵੱਡਾ ਹੋਣਾ ਚਾਹੀਦਾ ਹੈ ਅਤੇ ਉਹ ਉਤਾਰ ਦਿੱਤਾ ਜਾਂਦਾ, ਇਸ ਕਰਕੇ ਇਹ ਵੀ ਕੋਈ ਹੋਰ ਵੀ ਹੋ ਸਕਦਾ। ਔਰ ਇੱਥੇ ਰਾਣਾ ਜੀ ਮੈਂ ਗੱਲ ਕਰਦਾ ਕਿ ਇੱਥੇ ਅਕਾਲੀ ਦਲ ਨੂੰ ਲੈ ਕੇ ਇੱਕ ਗੱਲ ਹੋਰ ਵੀ ਆਉਂਦੀ ਹੈ, ਕਿਉਂਕਿ ਹਲੇ ਕੁਝ ਦਿਨਾਂ ਤੱਕ ਜਿਹੜਾ ਹੈ ਕੋਡ ਆਫ ਕੰਡਕਟ ਲੱਗਣਾ, ਇੱਥੇ ਇੱਕ ਸਮੀਕਰਨ ਹੋਰ ਬਦਲ ਸਕਦਾ, ਇੱਥੇ ਸਮੀਕਰਨ ਹੋਰ ਹੋ ਸਕਦਾ ਕਿ ਸੁਖਬੀਰ ਸਿੰਘ ਬਾਦਲ ਸੀਟ ਛੱਡਦੇ ਨੇ, ਅਗਰ ਅਕਾਲੀ ਦਲ ਦਾ BJP ਦੇ ਨਾਲ ਅਲਾਇੰਸ ਹੋ ਜਾਂਦਾ, ਅਗਰ ਗੱਠਜੋੜ ਕਰਦੇ ਦੋਵੇਂ ਪਾਰਟੀ, ਤਾਂ ਸ਼ਾਇਦ ਇਹ ਸੀਟ ਤੋਂ BJP ਦਾ ਕੈਂਡੀਡੇਟ ਵੀ ਉਤਰ ਸਕਦਾ, ਇਹ ਸੀਟ BJP ਦੇ ਹਿੱਸੇ ਵੀ ਆ ਸਕਦੀ ਆ, ਔਰ ਹੋ ਨਾ ਹੋ ਇਹ ਵੀ ਹੋ ਸਕਦਾ ਕਿ ਖੁਦ BJP ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਇਸ ਸੀਟ ਤੋਂ ਇਸ ਹਲਕੇ 'ਚ ਆਉਂਦੇ ਨੇ, ਔਰ ਇਹ ਤੋਂ ਇਸ ਹਲਕੇ 'ਚੋਂ ਉਹ ਚੋਣ ਲੜ ਵੀ ਚੁੱਕੇ ਨੇ। ਪਹਿਲਾਂ ਇੱਕ ਨਾਮ ਵੱਡਾ MP ਰਹਿ ਚੁੱਕੇ ਨੇ ਗੁਰਦਾਸਪੁਰ ਤੋਂ, ਜਿੰਨੀ ਚੋਣ ਹੋਈ ਸੀ ਕਿਉਂਕਿ ਫਿਰੋਜ਼ਪੁਰ ਹੈ, ਜਲਾਲਾਬਾਦ, ਅੱਗੇ ਅਬੋਹਰ, ਪੂਰੀ ਬੈਲਟ ਅਬੋਹਰ ਦੇ ਹੈਗੇ ਨੇ, ਬੈਲਟ ਸਾਰੀ ਉਹਨਾਂ ਦੀ ਆ ਗਈ। ਇਸ ਕਰਕੇ ਅਗਰ ਗੱਠਜੋੜ ਹੁੰਦਾ ਤਾਂ ਹਿੰਦੂ ਪਲੱਸ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਆ, ਤਾਂ ਮੈਂ ਕਹਿ ਸਕਦਾ ਕਿ ਵੱਡਾ ਇਜਾਫਾ ਹੋਏਗਾ, ਔਰ ਫਿਰ ਮੇਰੇ ਹਿਸਾਬ ਨਾਲ ਕਿਤੇ ਨਾ ਕਿਤੇ ਜਿਹੜੀ ਇਹ ਸੀਟ ਹੈ ਇਹ ਅਕਾਲੀ ਦਲ ਨੂੰ ਵੇਕੈਂਟ ਕਰਨੀ ਪਏਗੀ BJP ਦੇ ਲਈ। ਇੱਕ ਸਮੀਕਰਨ ਇਹ ਵੀ ਬਣਦਾ, ਉਸ ਦੇ ਉੱਪਰ ਆਪਾਂ ਅਲੱਗ ਗੱਲ ਕਰਾਂਗੇ, ਫਿਲਹਾਲ ਉਹ ਜ਼ਿਕਰ ਕਰ ਰਹੇ ਹਾਂ ਅਸੀਂ, ਅਗਰ ਗੱਠਜੋੜ ਹੁੰਦਾ ਤਾਂ, ਅਦਰਵਾਈਜ਼ ਇਹ ਨਾਮ ਜਿਹੜੇ ਚਰਚਾ ਵਿੱਚ ਚੱਲ ਰਹੇ ਨੇ ਅਸੀਂ ਦਰਸ਼ਕਾਂ ਨੂੰ ਦੱਸੀਏ। ਨਹੀਂ ਤਾਂ ਚਾਰ ਪਾਰਟੀਆਂ ਦਾ ਸਿੱਧਾ ਮੁਕਾਬਲਾ ਜਿਹੜਾ ਉਹ ਤਾਂ ਹੈ ਹੀ ਹੈ ਜੇਕਰ BJP ਔਰ ਅਕਾਲੀ ਦਲ ਦਾ ਗੱਠਜੋੜ ਨਹੀਂ ਹੁੰਦਾ, ਕਿਉਂਕਿ ਸੁਖਬੀਰ ਸਿੰਘ ਬਾਦਲ ਇਹ ਚਾਹੁਣਗੇ ਨਾ ਜੇ ਉਹ ਸੀਟ ਛੱਡਣ 'ਤੇ ਕੋਈ ਅਜਿਹਾ ਹੀ ਚਿਹਰਾ ਜਿਹੜਾ ਵੱਡਾ ਚਿਹਰਾ ਆ ਉਹ ਮਤਲਬ ਇੱਥੋਂ ਇਲੈਕਸ਼ਨ ਲੜੇ, ਹੋ ਵੀ ਸਕਦਾ ਕਿ ਕਹਿ ਦੇਣ, ਕਿਉਂਕਿ ਜੇ ਇਹ ਕਿਸੇ ਹੋਰ ਲੜਨ ਦੇ ਇੱਛੁੱਕ ਨੇ, ਮੰਨ ਲਓ ਇਹ ਬਠਿੰਡੇ ਤੋਂ ਲੜਨ ਦੇ ਇੱਛੁੱਕ ਨੇ, ਕਿਉਂਕਿ ਇਸ ਵਾਰ ਚਰਚਾ ਹੋ ਰਹੀ ਹੈ ਕਿ ਸ਼ਾਇਦ ਜਿਹੜੇ ਮੈਡਮ ਹਰਸਿਮਰਤ ਕੌਰ ਬਾਦਲ ਨੇ ਉਹ ਉੱਥੋਂ ਕਿਤੇ ਹੋਰ ਚੋਣ ਲੜ ਸਕਦੇ ਨੇ, ਅਤੇ ਜ਼ਾਹਿਰ ਹੈ ਕਿ ਸੁਖਬੀਰ ਸਿੰਘ ਬਾਦਲ ਵੀ ਇਹਨਾਂ ਸੀਟਾਂ ਤੋਂ ਹੀ ਆਪਣਾ ਨਾਮ ਆਪਣੀ ਦਾਅਵੇਦਾਰੀ ਜਿਹੜੀ ਹੈ ਉਹ ਠੋਕ ਸਕਦੇ ਆ। ਅਤੇ ਇਹ ਫਿਲਹਾਲ ਤਿੰਨ ਨਾਮ ਜਿਹੜੇ ਹੈਗੇ ਇਹ ਹੈਗੇ ਨੇ, ਔਰ ਕੋਈ ਹੋਰ, ਹਾਂਜੀ ਇਹਨਾਂ ਦਾਅਵੇਦਾਰੀ ਜਿਹੜੀ ਹੈ ਇਹ, ਅਤੇ ਕੋਈ ਹੋਰ ਦੇ ਵਿੱਚ ਆਪਾਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਜੇ
ਅਲਾਇੰਸ ਹੋ ਜਾਂਦਾ ਹੈ ਜਾਂ ਕੋਈ ਹੋਰ ਪਾਰਟੀ ਦਾ ਕੋਈ ਵੱਡਾ ਲੀਡਰ ਜਿਹੜਾ ਹੈਗਾ ਉਹ ਅਕਾਲੀ ਦਲ 'ਚ ਆ ਜਾਂਦਾ ਜਾਂ ਕੋਈ ਅਕਾਲੀ ਦਲ ਦਾ ਹੀ ਲੀਡਰ ਜਿਹੜਾ ਹੈ ਔਰ ਵੱਡਾ ਚਿਹਰਾ ਹੋ ਸਕਦਾ ਜਿਹਨੂੰ ਉਹ ਸੁਖਬੀਰ ਸਿੰਘ ਇਹ ਸੋਚਦੇ ਹੋਣ ਕਿ ਇਸ ਨੂੰ ਫਿਰੋਜ਼ਪੁਰ ਤੋਂ ਉਤਾਰਿਆ ਜਾ ਸਕਦਾ ਅਤੇ ਹੋ ਸਕਦਾ ਕਿ ਉਹਨਾਂ ਨੂੰ ਇਹ ਮੌਕਾ ਦਿੱਤਾ ਕਿਉਂਕਿ ਇਹਦੇ 'ਚ ਸਾਰੀ ਪਾਰਟੀਆਂ ਦੇ ਕੋਲ ਬਹੁਤ ਜ਼ਿਆਦਾ ਲੀਡਰ ਨੇ ਔਰ ਸੀਟਾਂ ਸਿਰਫ 13 ਨੇ ਵਿਧਾਨ ਸਭਾ 'ਚ ਤਾਂ ਬਹੁਤ ਸੀਟਾਂ ਹੁੰਦੀਆਂ ਕਿ ਹਰ ਬੰਦਾ ਜਿਹੜਾ ਉਹ ਐਡਜਸਟ ਕੀਤਾ ਜਾ ਸਕਦਾ ਲੇਕਿਨ ਇਹ 'ਚ 13 ਸੀਟਾਂ ਨੇ ਹਰ ਪਾਰਟੀ ਨੂੰ ਸਿਰਫ 13 ਸੀਟਾਂ ਲਈ ਆਪਣਾ ਕੈਂਡੀਡੇਟ ਉਤਾਰਨਾ ਔਰ ਉਹ ਬੜਾ ਸੋਚ ਸਮਝ ਕੇ ਬੜਾ ਕੰਪੈਰੀਟਿਵਲੀ ਜਿਹੜੇ ਹੁੰਦੇ ਆ ਨਾ ਉਹਨਾਂ ਨੂੰ ਉਤਾਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਇਸ ਕਰਕੇ ਆਪਾਂ ਇਹ 3 ਕੈਂਡੀਡੇਟ ਜਿਹੜੇ ਹੈਗੇ ਆ ਸੁਖਬੀਰ ਸਿੰਘ ਬਾਦਲ ਖੁਦ ਨੇ ਔਰ ਵਰਦੇਵ ਸਿੰਘ ਨੋਨੀਮਾਨ ਨੇ ਅਤੇ ਰੋਜ਼ੀ ਬਰਕੰਦੀ ਅਤੇ ਕੋਈ ਹੋਰ ਇਹ ਆਪਾਂ 4 ਨਾਵਾਂ 'ਤੇ ਇਸੇ ਕਰਕੇ ਜ਼ਿਕਰ ਕੀਤਾ ਕਿ ਇਹ 4 ਯਾਨੀ ਕੋਈ ਹੋਰ 3 ਤਾਂ ਇਹ ਆਪਾਂ ਇਸ ਕਰਕੇ ਜ਼ਿਕਰ ਕਰ ਰਹੇ ਕਿ ਗਰਾਊਂਡ ਰਿਪੋਰਟ ਇਹੀ ਹੈ ਕਿ ਇਹ ਲੋਕਾਂ ਨੂੰ ਇਸ ਵਾਰ ਅਕਾਲੀ ਦਲ ਅਜ਼ਮਾ ਸਕਦਾ ਅਤੇ ਇਸੇ ਹੀ ਤਰ੍ਹਾਂ ਇਸੇ ਸੀਟ ਤੋਂ ਕਿਸੇ ਹੋਰ ਪਾਰਟੀ ਦਾ ਲੈ ਕੇ ਚਰਚਾ ਫਿਰ ਹਾਜ਼ਰ ਹੋਵਾਂਗੇ ਹੁਣ ਇਜਾਜ਼ਤ ਦਿਓ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।